ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਸਾਡੀ ਜਿਹੜੀ ਸਪੋਰਟਸ ਯੂਨੀਵਰਸਿਟੀ ਪਟਿਆਲਾ, ਸਾਡੇ ਵੱਲੋਂ ਇੱਕ ਨਵੇਂ ਸਾਲ ਦਾ ਜਿਹੜਾ ਕੈਲੰਡਰ ਹੈ ਉਹ ਲਾਂਚ ਕੀਤਾ ਗਿਆ, ਅਤੇ ਬੜੀ ਨਵੇਕਲੀ ਜਿਹੜੀ ਪਹਿਲਕਦਮੀ ਇਸ ਵਾਰੀ ਕੀਤੀ ਗਈ ਹੈ ਕਿ 202 ਪੰਜਾਬ ਦੇ ਖਿਡਾਰੀ ਜਿਹੜੇ ਅਵਾਰਡੀ ਹੈ, ਜਿਨ੍ਹਾਂ ਵਿੱਚ ਪਦਮ ਵਿਭੂਸ਼ਣ, ਪਦਮ ਸ਼੍ਰੀ, ਖੇਲ ਰਤਨ, ਅਰਜੁਨ ਅਵਾਰਡੀ ਹੈ ਨਾ, ਅਤੇ ਦਰੋਣਾਚਾਰਿਆ ਅਵਾਰਡੀ, ਉਹਨਾਂ ਸਾਰਿਆਂ ਨੂੰ ਇਹਦੇ ਵਿੱਚ ਜਿਹੜਾ ਇਨਕਲੂਡ ਹੈ ਉਹ ਕੀਤਾ ਗਿਆ ਵੀ ਕਿਹੜੇ ਸਾਲ ਕਿਹੜੇ ਖਿਡਾਰੀ ਦੀ ਅਚੀਵਮੈਂਟ ਸੀ ਅਤੇ ਉਹਨੂੰ ਕਿਹੜੇ ਸਾਲ ਦੇ ਵਿੱਚ ਜਿਹੜਾ ਅਵਾਰਡ ਹੈ ਉਹ ਮਿਲਿਆ। ਤੋ ਮੈਨੂੰ ਲੱਗਦਾ ਵੀ ਇਹ ਜਦੋਂ ਸਾਡੇ ਜਿਹੜੇ ਬੱਚੇ ਇਹਨੂੰ ਦੇਖਣਗੇ ਜਾਂ ਜਿਹੜੇ ਖੇਡਾਂ ਦੇ ਵਿੱਚ ਲੱਗੇ ਹੋਏ ਆ ਉਹਨਾਂ ਨੂੰ ਮੋਟੀਵੇਸ਼ਨ ਵੀ ਮਿਲੂਗੀ ਕਿ ਅਸੀਂ ਇਹਨਾਂ ਵਾਲੀ ਜਗ੍ਹਾ 'ਤੇ ਜਿਹੜਾ ਇੱਕ ਦਿਨ ਅਸੀਂ ਪਹੁੰਚਣਾ ਹੈਗਾ। ਸੋ ਅੱਜ ਇਹ ਕੈਲੰਡਰ ਲਾਂਚ ਕੀਤਾ ਅਤੇ ਬਾਕੀ ਮੈਂ ਨਵੇਂ ਸਾਲ ਦੀਆਂ ਸਾਰੇ ਖਿਡਾਰੀਆਂ ਨੂੰ ਬਹੁਤ ਮੁਬਾਰਕਾਂ ਦਿੰਦਾ ਅਤੇ ਪਿਛਲੇ ਸਾਲ ਦੇ ਵਿੱਚ ਬਹੁਤ ਅੱਛਾ ਰਿਹਾ ਖੇਡਾਂ ਨੂੰ ਲੈ ਕੇ। ਮਾਨ ਸਾਹਿਬ ਦੀ ਸਰਕਾਰ ਨੇ ਖੇਡਾਂ ਵਤਨ ਪੰਜਾਬ ਦੀਆਂ ਵੀ ਕਰਵਾਈਆਂ, ਜੇ ਪਿਛਲੀ ਵਾਰੀ 3 ਲੱਖ ਬੱਚਿਆਂ ਨੇ ਪਾਰਟੀਸਪੇਟ ਕੀਤਾ, ਖਿਡਾਰੀਆਂ ਨੇ, ਤਾਂ ਐਤਕੀ ਤਕਰੀਬਨ 1.5 ਲੱਖ ਨੇ ਪਾਰਟੀਸਪੇਟ ਕੀਤਾ। ਬਾਕੀ ਏਸ਼ੀਅਨ ਖੇਡਾਂ ਦੇ ਵਿੱਚ ਵੀ ਪੰਜਾਬ ਦਾ ਜਿਹੜਾ ਰਿਕਾਰਡ ਹੈ ਉਹ ਅਸੀਂ ਅੱਜ ਤੱਕ ਦਾ ਜਿਹੜਾ ਰਿਕਾਰਡ ਸੀ ਕਿ 20 ਮੈਡਲ ਅੱਜ ਤੱਕ ਕਦੇ ਨਹੀਂ ਆਏ ਪੰਜਾਬੀਆਂ ਦੇ, ਜਿਹਨੇ ਇਸ ਵਾਰ ਆਏ। ਸੋ ਸਾਨੂੰ ਬੜੀ ਖੁਸ਼ੀ ਹੈ ਅਤੇ ਉਮੀਦ ਕਰਦੇ ਹਾਂ ਕਿ ਅਗਲਾ ਸਾਲ ਬਹੁਤ ਖੁਸ਼ੀਆਂ ਭਰਿਆ ਹੋਵੇਗਾ ਅਤੇ ਬਹੁਤ ਵੱਡੀਆਂ ਅਚੀਵਮੈਂਟ ਜਿਹੜੀਆਂ ਸਾਡੇ ਖਿਡਾਰੀ ਹੈ ਉਹ ਲੈ ਕੇ ਆਉਣਗੇ। ਅਤੇ ਬਾਕੀ ਭਗਵੰਤ ਮਾਨ ਜੀ ਦੀ ਸਰਕਾਰ, ਅਸੀਂ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਕਿ ਦੁਬਾਰਾ ਸਾਡੇ ਸੂਬੇ ਨੂੰ ਖੇਡਾਂ 'ਚ ਪਹਿਲੇ ਨੰਬਰ 'ਤੇ ਲੈ ਕੇ ਜਾਣ। ਸੋ ਮੈਂ ਦੁਬਾਰਾ ਸਾਰੇ ਪੰਜਾਬੀਆਂ ਨੂੰ, ਸਾਰੇ ਭਾਰਤੀਆਂ ਨੂੰ, ਕਿਤੇ ਵੀ ਤੁਸੀਂ ਬੈਠੇ ਹੋ, ਮੈਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਵਧਾਈ ਦਿੰਦਾ, ਬਹੁਤ ਸ਼ੁਭਕਾਮਨਾਵਾਂ।